कैनेडा दे विच घरां दी मार्केट दी घरां दी मार्केट जिहड़ी बहुत गर्म हुई है पिछले कुछ 3-4 हफ्ते तो स्टेबल हो रही है। जिहड़ी पैनिक सीगा इस मार्केट दे विच कि हाए मैं रह ना जावां तो उपर दी उपर चढ़ के प्राइसिस दे उत्ते मल्टीपल ऑफर्स दित्तियां जा रही सीगियां उस रुझान नूं कुछ ठल पई है पर लोग हुण इह सोचण लगे आ कि जिहड़ियां कीमतां इन्नियां वध रहियां आ साडे बच्चियां दा की बणूगा गा। असीं तां चलो किसे तरीके घर लै लिया घर च रह रहे हां पर जिहड़े साडे बच्चे आ उह किद्दां अफोर्ड करनगे इक वड्डी चिंता जिहड़ी इत्थे कैनेडियन दे विच पाई जा रही आ। इसे करके कुछ कैनेडियन जिहड़े आ इह सोचण लगे आ कि सरकार नूं इस बारे कुछ करना चाहीदा आ। एक खोज रिपोर्ट जिहड़ी कि रिसर्च करवाई गई आ नैनोज रिसर्च वल्लों इह ब्लूमबर्ग न्यूज़ दे वास्ते कराई गई आ उहदे विच अद्ध दे करीब जिहड़े कैनेडियन लोग ने उन्होंने सर्वेखण च हिस्सा लैंदिआं किहा कि असीं चाहुंदे आ कि व्याज दरां जिहड़ियां आ हुण हौली हौली वधा देणियां चाहीदियां। लोगों को लग रहा कि जिहड़ियां घट व्याज दरां आ उह इक वड्डा कारण आ जिहदे करके लोग जिहड़े आ उत्साहित हो के करजा चक रहे आ कि किश्त जिहड़ी आ थोड़ी बणनी आ इस तरह उह जिहड़ा आ होर करजा अपने सिर चढ़ा रहे आ जिहदे करके एक पैनिक क्रिएट हो रहा आ ते उहदे नाल मुड़ के घरां दीआं कीमतां जिहड़ियां आ वध रहियां। जे व्याज दरां उहनूं लगदा कि वध होणगीआं घट लोग जिहड़े आ घर खरीदणगे ते जिहड़ी घरां दी मार्केट उपर जा रही आ इह थोड़ी जिही नूं ठल पऊगी ते इस करके उह उन्होंने सरकार दे कोले मंग रखी है कि वह सरकार अगहां बैंक ऑफ कैनेडा नूं कहे कि व्याज दर जिहड़ियां आ वधाईआं जाण। इस संबंधी एक वैनकूवर दे इंजीनियर ने मिस्टर रिक्टर वोंग जिहड़े आ उन्होंने एक बकायदा पटीशन फाइल की है जी। उन्होंने मिस्टर वोंग ने यह जी पटीशन फाइल करके कैनेडियन पार्लीमेंट नूं भेजी है कि कैनेडा दे विच हुण समा आ गया है कि घरां दीआं कीमतां नूं रोकण दे वास्ते व्याज दर जिहड़ियां आ वधाईआं जाण। मिस्टर वोंग कहिंदे वी मेरे कोल घर हैगा आ मेरे कोल नाल जिहड़ा इक मुंडा वी आ ते मैं उस मुंडे बारे अपने बारे बेटे बारे फिक्रमंद आ कि मैं उहनूं पढ़ा लिखा सकदा आ उहनूं रोटी दे सकदा आ हो सकदा उह कम कार वी वधिया वड्डा होवे करन लग पवे पर उह घर किद्दां खरीदूगा ਉਹ ਜਿਹੜਾ ਅਖੀਰ ਦੇ ਵਿੱਚ ਕਿੱਥੇ ਜਾ ਕੇ ਰਹੂਗਾ ਇਸ ਗੱਲ ਦੀ ਚਿੰਤਾ ਮੈਨੂੰ ਵੱਡ ਵੱਡ ਖਾ ਰਹੀ ਆ। ਸਰਕਾਰ ਨੂੰ ਜਿਹੜਾ ਇਸ ਬਾਰੇ ਕੁਝ ਕਰਨਾ ਚਾਹੀਦਾ ਆ। ਸੋ ਇੱਕ ਨਵੀਂ ਕਿਸਮ ਦੀ ਗੱਲ ਜਿਹੜੀ ਕੈਨੇਡਾ ਵਿੱਚ ਹੋਣ ਲੱਗੀ ਆ ਹਾਲਾਂਕਿ ਜੇ ਇਹ ਵਿਆਜ ਦਰਾਂ ਵੱਧਦੀਆਂ ਆ ਇਹਦੇ ਨਾਲ ਜਿਹੜਾ ਆ ਕ੍ਰੈਡਿਟ ਲਾਈਨਸ ਦਾ ਹੈਗਾ ਪੇਮੈਂਟ ਉਹ ਵੀ ਵੱਧ ਜਾਣੀ ਆ ਕ੍ਰੈਡਿਟ ਕਾਰਡ ਦੀ ਪੇਮੈਂਟ ਜਿਹੜੀ ਉਹ ਵੀ ਵੱਧ ਜਾਣੀ ਆ ਪਰ ਇਹ ਪਹਿਲੀ ਵਾਰੀ ਸ਼ਾਇਦ ਸੁਣਨ ਨੂੰ ਮਿਲ ਰਿਹਾ ਕਿ ਕੈਨੇਡਾ ਦੇ ਵਿੱਚ ਕੁਝ ਲੋਕ ਨੇ ਜਿਹੜੇ ਸੋਚਦੇ ਆ ਕਿ ਵਿਆਜ ਦਰਾਂ ਵਧਣੀਆਂ ਚਾਹੀਦੀਆਂ। ਇੱਕ ਹੋਰ ਜਿਹੜੀ ਗੱਲ ਦੇਖ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਅਮੀਰ ਗਰੀਬ ਦੇ ਵਿੱਚ ਪਾੜਾ ਜਿਹੜਾ ਆ ਉਹ ਵੱਧ ਰਿਹਾ ਆ। ਅੱਜ ਤੋਂ 20-25 ਸਾਲ ਪਹਿਲਾਂ ਅਜਿਹਾ ਦੇਖਣ ਨੂੰ ਨਹੀਂ ਮਿਲਦਾ ਸੀਗਾ। ਤਕਰੀਬਨ ਜਿਹੜਾ ਇਹ ਪਾੜਾ ਬਹੁਤ ਥੋੜ੍ਹਾ ਸੀਗਾ ਅਮੀਰ ਗਰੀਬ ਇੱਕੋ ਥਾਂ ਤੋਂ ਗਰੋਸਰੀ ਕਰਦੇ ਸੀ ਉਹੋ ਜਿਹੇ ਕੱਪੜੇ ਪਾਉਂਦੇ ਸੀ ਉਹੋ ਜਿਹੇ ਘਰਾਂ ਦੇ ਵਿੱਚ ਰਹਿੰਦੇ ਸੀਗੇ। ਜਿਸ ਹਿਸਾਬ ਦੇ ਨਾਲ ਬਾਹਰੋਂ ਲੋਕ ਜਿਹੜੇ ਸ਼ੁਰੂ ਹੋਣੇ ਆ ਅਮੀਰ ਲੋਕ ਜਿਹੜੇ ਦੁਨੀਆ ਤੋਂ ਆ ਕੇ ਕੈਨੇਡਾ ਨੂੰ ਆਪਣਾ ਘਰ ਬਣਾਉਣ ਲੱਗੇ ਆ ਇੱਕ ਜਿਹੜਾ ਪਾੜਾ ਆ ਉਹ ਵਧਣ ਲੱਗ ਪਿਆ। ਹੁਣ ਕੈਨੇਡਾ ਦੇ ਵਿੱਚ ਵੀ 3 ਤਰ੍ਹਾਂ ਦੇ ਲੋਕ ਜਿਹੜੇ ਦੇਖਣ ਨੂੰ ਮਿਲ ਰਹੇ ਆ। ਇੱਕ ਗਰੀਬ ਲੋਕ ਜਿਹਨਾਂ ਕੋਲ ਘਰ ਹੈ ਨਹੀਂਗਾ ਜਿਹੜੇ ਕਿ ਸੜਕਾਂ 'ਤੇ ਗੁਜ਼ਾਰਾ ਕਰ ਰਹੇ ਆ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਲੋਕ ਬੇਸਮੈਂਟਾਂ 'ਚ ਰਹਿੰਦੇ ਆ ਵੀ ਉਹ ਗਰੀਬ ਆ ਮਤਲਬ ਕਿ ਜਿਹੜੇ ਲੋਕਾਂ ਕੋਲ ਕੁਛ ਵੀ ਹੈ ਨਹੀਂਗਾ ਆਪਣਾ ਉਹ ਕਿ ਇੰਨੇ ਵੀ ਪੈਸੇ ਹੈ ਨਹੀਂਗੇ ਕਿ ਉਹ ਘਰ ਕਿਰਾਏ 'ਤੇ ਵੀ ਲੈ ਸਕਣ। ਸੋ ਉਹ ਲੋਕ ਜਿਹੜੇ ਕਿ ਜਿਹਨੂੰ ਆਪਾਂ ਹੋਮਲੈਸ ਕਹਿ ਦਿੰਦੇ ਹਾਂ ਦੂਜੀ ਮਿਡਲ ਕਲਾਸ ਦੇ ਵਿੱਚ ਉਹ ਲੋਕ ਆ ਜਾਂਦੇ ਆ ਜਿਹਨਾਂ ਨੇ ਜਿਹੜੀ ਕਿ ਜਾਂ ਘਰ ਲਿਆ ਹੋਇਆ ਇੱਕ ਅੱਧਾ ਅਪਾਰਟਮੈਂਟ ਜਾਂ ਕੋਂਡੋ ਲਈ ਹੋਈ ਆ ਜਾਂ ਉਹ ਕਿਰਾਇਆ ਦੇਣਾ ਅਫੋਰਡ ਕਰਦੇ ਆ ਕਿਰਾਏ ਦੇ ਉੱਤੇ ਰਹਿ ਰਹੇ ਆ। ਉਸ ਤੋਂ ਬਾਅਦ ਜਿਹੜੀ ਫਿਰ ਅਪਰ ਕਲਾਸ ਜਿਹੜੇ ਕਿ ਇੱਕ ਤੋਂ ਵੱਧ ਪ੍ਰੋਪਰਟੀਆਂ ਲੈ ਕੇ ਬੈਠੇ ਆ। ਸੋ ਇਹ ਜਿਹੜਾ ਪਾੜਾ ਆ ਤਿੰਨਾਂ ਦੇ ਵਿੱਚ ਆਪਸ ਵਿੱਚ ਇਹ ਬਹੁਤ ਵੱਧ ਰਿਹਾ ਆ ਅਤੇ ਪਾੜਾ ਵਧਣ ਦੇ ਨਾਲ ਇੱਕ ਦੂਜੇ ਪ੍ਰਤੀ ਜਿਹੜੀ ਆ ਨਫ਼ਰਤ ਵੀ ਵੱਧ ਰਹੀ ਆ। ਜਿਹੜੇ ਅਮੀਰ ਲੋਕ ਆ ਉਹ ਸੋਚਦੇ ਆ ਕਿ ਜਿਹੜੇ ਗਰੀਬ ਲੋਕ ਆ ਇਹ ਅਪਰਾਧ ਦੇ ਵਾਸਤੇ ਜ਼ਿੰਮੇਵਾਰ ਆ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਇਹ ਕੱਪੜੇ ਨਹੀਂ ਚੰਗੇ ਪਾਉਂਦੇ। ਦੂਜੇ ਪਾਸੇ ਜਿਹੜੇ ਗਰੀਬ ਲੋਕ ਨੇ ਉਹ ਕਹਿੰਦੇ ਵੀ ਜਿਹੜੇ ਅਮੀਰ ਲੋਕ ਆ ਇਹ ਲਾਲਚ ਨਹੀਂ ਛੱਡਦੇ ਹੈਗੇ ਇਹ ਲਾਲਚ ਬਸ ਹੋਰ ਪ੍ਰੋਪਰਟੀਆਂ ਬਾਏ ਕਰੀ ਜਾਂਦੇ ਆ ਇਹਨਾਂ ਕੋਲ ਪੈਸੇ ਹੁੰਦੇ ਆ ਇਸੇ ਕਰਕੇ ਪ੍ਰੋਪਰਟੀਆਂ ਜਿਹੜੀਆਂ ਆ ਇੱਕ ਤੋਂ ਵੱਧ ਕੇ ਇੱਕ ਖਰੀਦ ਕੇ ਫਿਰ ਉਹਨੂੰ ਵੇਚ ਕੇ ਜਿਹੜਾ ਆ ਇਹ ਮਾਰਕੀਟ ਜਿਹੜੀ ਆ ਉਹ ਤੇਜ਼ ਕਰ ਰਹੇ ਆ। ਸੋ ਇਹੋ ਜਿਹੀਆਂ ਗੱਲਾਂ ਪਤਾ ਹੁਣ ਕੈਨੇਡੀਅਨ ਮਾਰਕੀਟ ਦੇ ਵਿੱਚ ਹੋਣ ਲੱਗੀਆਂ ਆ ਜਿਹੜੀਆਂ ਕਿ ਅੱਗੇ ਹੁੰਦੀਆਂ ਨਹੀਂ ਸੀਗੀਆਂ। ਇਹ ਇੱਕ ਨਵਾਂ ਟ੍ਰੈਂਡ ਜਿਹੜਾ ਹੁਣ ਇੱਥੇ ਚੱਲਣ ਲੱਗਾ ਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।